ਅਮਨਦੀਪ ਗਰੁੱਪ ਐਂਡ ਅ ਡਾਇਰੈਕਟਰ ਆਫ ਅਮਨਦੀਪ ਗਰੁੱਪ। ਜਿਵੇਂ ਕਿ ਅਮਨਦੀਪ ਗਰੁੱਪ ਜਿਹੜਾ ਹੈ ਉਹਦਾ ਬੇਸਿਕ ਏਮ ਹੁੰਦਾ ਹੈ ਕਿ ਜਿਹੜੀ ਵੀ ਸਪੈਸ਼ਲਿਟੀ ਅਸੀਂ ਸ਼ੁਰੂ ਕਰਦੇ ਹਾਂ ਉਹਦੀ ਕੰਪ੍ਰੀਹੈਂਸਿਵ ਕੇਅਰ ਅੰਡਰ ਵਨ ਰੂਫ ਕੀਤੀ ਜਾਵੇ। ਇਸੇ ਤਰ੍ਹਾਂ ਹੀ ਮਾਂ ਤੇ ਬੱਚੇ ਜਿਹਨੂੰ ਕਿ ਅਸੀਂ ਜੱਚਾ ਬੱਚਾ ਕਹਿੰਦੇ ਹਾਂ ਉਹਨਾਂ ਦੀ ਕੰਪਲੀਟ ਕੇਅਰ ਅਮਨਦੀਪ ਮੈਡੀਸਿਟੀ ਦੀ ਛੱਤ ਦੇ ਥੱਲੇ ਦਿੱਤੀ ਜਾਏਗੀ ਤੇ ਮਰੀਜ਼ ਨੂੰ ਕਿਤੇ ਵੀ ਇੱਧਰ ਉੱਧਰ ਸੇਵਾਵਾਂ ਲਈ ਨਹੀਂ ਜਾਣਾ ਪਏ। ਉਹਦੇ ਲਈ ਅਸੀਂ ਸ਼ੁਰੂ ਹੋਈਏ ਫਰੋਮ ਐਂਟੀਨੇਟਲ ਕੇਅਰ, ਜਿਸ ਦਿਨ ਮਾਂ ਪ੍ਰੈਗਨੈਂਟ ਹੁੰਦੀ ਹੈ ਤੇ ਮਦਰ ਨੂੰ ਕੀ ਚਾਹੀਦਾ ਹੁੰਦਾ, ਡਾਇਗਨੋਸਟਿਕ ਸਰਵਿਸਿਸ ਲੈਬ ਦੀਆਂ ਤੇ ਰੇਡੀਓਲੋਜੀ ਸਰਵਿਸਿਸ ਜਿਹਦੇ ਵਿੱਚ ਅਸੀਂ ਅਲਟਰਾਸਾਊਂਡ ਐਂਡ ਅਦਰ ਸਕੈਨਸ ਜਿਹੜੇ ਨੇ ਡਿਫਰੈਂਟ ਤਰ੍ਹਾਂ ਦੇ ਹੁੰਦੇ, ਦੇ ਆਰ ਆਲ ਅਵੇਲੇਬਲ ਇਨ ਅਮਨਦੀਪ ਮੈਡੀਸਿਟੀ। ਤੇ ਨਾਲ ਸਭ ਤੋਂ ਜ਼ਰੂਰੀ ਹੁੰਦਾ ਓਬਸਟੇਟਿਸ਼ੀਅਨ ਦਾ ਕੋਲ। ਸੋ ਗਾਇਨੀਓਬਸਟੇਟਿਕਸ ਕੋ ਕੇ 24 ਘੰਟੇ ਚੱਲਣ ਵਾਲੀ ਸਪੈਸ਼ਲਿਟੀ ਹੈ, ਇਸ ਕਰਕੇ ਦੋ ਸੀਨੀਅਰ ਗਾਇਨੋਕੋਲੋਜਿਸਟ ਐਂਡ ਓਬਸਟੇਟਿਸ਼ੀਅਨ ਸਾਡੇ ਰੋਲ ਦੇ ਉੱਤੇ ਨੇ, ਡਾਕਟਰ ਸੀਤਾ ਸ਼ਰਮਾ। ਆਈ ਥਿੰਕ ਕਿਸੇ ਵੀ ਤੁਹਾਨੂੰ ਉਹਨਾਂ ਨੂੰ ਦੱਸਣਾ ਨਹੀਂ ਪਏਗਾ ਕਿ ਉਹ ਕਿਸੇ ਵੀ ਸਾਡੇ ਦੇ ਮੁਹਤਾਜ ਹੈ ਸਾਡੀ ਇੰਟਰੋਡਕਸ਼ਨ ਦੇ, ਐਂਡ ਡਾਕਟਰ ਮੋਨਿਕਾ ਮਹੇਸ਼। ਸੋ ਵੀ ਹੈਵ ਟੂ ਗਾਇਨੋਕੋਲੋਜਿਸਟ ਐਂਡ ਓਬਸਟੇਟਿਸ਼ੀਅਨਸ ਹੂ ਆਰ ਦੇਅਰ ਟੂ ਟੇਕ ਕੇਅਰ ਆਫ ਆਲ ਦ ਪ੍ਰੈਗਨੈਂਟ ਵੁਮੈਨ ਐਂਡ ਈਵਨ ਆਫ ਦੋਜ਼ ਵੁਮੈਨ ਜਿਨ੍ਹਾਂ ਦੇ ਪ੍ਰੈਗਨੈਂਸੀ ਨਹੀਂ ਹੁੰਦੀ, ਤੇ ਹੂ ਨੀਡ ਸਪੈਸ਼ਲ ਪ੍ਰੋਸੀਜਰਸ ਐਂਡ ਸਰਟਨ ਮੈਡੀਕਲ ਹੈਲਪ ਟੂ ਗੈਟ ਪ੍ਰੈਗਨੈਂਟ, ਦੇ ਆਰ ਸਪੈਸ਼ਲਿਸਟ ਇਨ IVF ਆਲਸੋ। ਉਸ ਤੋਂ ਬਾਅਦ ਡਿਲੀਵਰੀ ਵੇਲੇ ਤੱਕ ਸਾਡੇ ਕੋਲ ਸਾਰਾ ਕੁਛ ਹੈ, ਪ੍ਰੋਪਰ ਲੇਬਰ ਰੂਮਸ ਹੈ, ਪ੍ਰੋਪਰ ਓਪਰੇਸ਼ਨ ਥੀਏਟਰਸ ਹੈ। ਉਸ ਤੋਂ ਬਾਅਦ ਆ ਜਾਂਦੀ ਬੱਚੇ ਦੀ ਕੇਅਰ। ਬੱਚੇ ਦੀ ਕੇਅਰ ਲਈ ਸਾਡੇ ਕੋਲ ਦੋ ਪੀਡੀਆਟ੍ਰੀਸ਼ੀਅਨਸ ਐਂਡ ਨਿਊਨੋਟੋਲੋਜਿਸਟ ਹੈ, ਤੁਹਾਡੇ ਸਾਹਮਣੇ ਬੈਠੇ ਹੋਏ ਨੇ ਡਾਕਟਰ ਨਵਜੋਤ ਤੇ ਡਾਕਟਰ ਜਸਲੀਨ। ਮੈਂ ਇਹਨਾਂ ਦੋਨਾਂ ਦੀ ਸੇਵਾਵਾਂ ਜਿਹੜੀਆਂ ਬਖੂਬੀ ਦੇਖ ਲਈਆਂ ਨੇ ਪਿਛਲੇ ਕੁਛ ਮਹੀਨਿਆਂ 'ਚ, ਐਂਡ ਆਈ ਐਮ ਪ੍ਰਾਊਡ ਟੂ ਸੇ ਕਿ ਸਾਡੇ ਹੀ ਇੱਕ ਮੁੰਡੇ ਦੇ 700 ਗ੍ਰਾਮ ਦੀ ਬੱਚੀ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਇੰਨਾ ਬਚਾਇਆ ਤੇ ਉਹ ਬੱਚੀ ਇਸ ਵੇਲੇ 4 ਮਹੀਨਿਆਂ ਦੀ ਹੋ ਚੁੱਕੀ ਹੈ। ਵੀ ਨੀਡ ਟੂ ਐਪਰੀਸ਼ੀਏਟ ਡਾਕਟਰ ਜਸਲੀਨ ਦਾ ਐਫਰਟ। ਮੋਸਟ ਆਫ ਦ ਵਿਮਨ, ਸਾਰੇ ਮਦਰਸ ਬੈਠੇ ਹੈ, ਸੋ ਸਾਰੀਆਂ ਮਦਰਸ ਆਰ ਮੋਰ ਵਰੀਡ ਅਬਾਊਟ ਦੇਅਰ ਚਿਲਡਰਨ, ਦੇਅਰ ਹਸਬੈਂਡਸ, ਦੇਅਰ ਬ੍ਰਦਰਸ ਐਂਡ ਸੋ ਔਨ, ਦੇਅਰ ਪੇਰੈਂਟਸ। ਸੋ ਸਭ ਤੋਂ ਪਹਿਲਾਂ ਤਾਂ ਔਰਤ ਨੂੰ ਆਪਣੀ ਹੈਲਥ ਦਾ ਖਿਆਲ ਰੱਖਣ ਦੀ ਜਿਹੜੀ ਅਵੇਅਰਨੈਸ ਹੈ ਉਹ ਲਿਆਉਣੀ ਬਹੁਤ ਜ਼ਰੂਰੀ ਹੈ ਆਪਾਂ ਨੂੰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ। ਦੂਸਰੀ ਚੀਜ਼, ਇੱਕ ਹੀ ਮੈਸੇਜ ਮੈਂ ਦੇਣਾ ਚਾਹਾਂਗੀ ਫੋਰ ਆਲ ਦ ਲੇਡੀਜ਼, ਕਿ ਜੇ ਤੁਹਾਨੂੰ ਕਦੀ ਵੀ ਇਸ ਤਰ੍ਹਾਂ ਲੱਗੇ ਕਿ ਤੁਹਾਡੀ ਹੈਲਥ ਦੇ ਨਾਲ ਕੁਛ ਠੀਕ ਨਹੀਂ ਹੋ ਰਿਹਾ ਤੇ ਪਲੀਜ਼ ਉਹਨੂੰ ਇਗਨੋਰ ਨਹੀਂ ਕਰੋ। ਇੱਥੇ ਬਹੁਤ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਨੇ, ਜਦੋਂ ਤੁਹਾਨੂੰ ਏਦਾਂ ਰਿਅਲਾਈਜੇਸ਼ਨ ਹੁੰਦੀ ਹੈ ਕਿ ਤੁਹਾਡੇ ਸਰੀਰ ਤੁਹਾਨੂੰ ਕੋਈ ਸਿਗਨਲ ਦੇ ਰਿਹਾ ਐਂਡ ਬਾਡੀ ਸਾਨੂੰ ਹਮੇਸ਼ਾ ਹੀ ਕੋਈ ਨਾ ਕੋਈ ਸਿਗਨਲ ਦਿੰਦੀ ਹੈ ਕਿ ਠੀਕ ਨਹੀਂ ਹੈ, ਪਲੀਜ਼ ਉਹਦੇ ਉੱਤੇ ਐਕਟ ਕਰੋ, ਆਪਣੇ ਰਾਈਟ ਡਾਕਟਰ ਨੂੰ ਆ ਕੇ ਦਿਖਾਓ, ਗਾਇਨੀਕੋਲੋਜਿਸਟ ਨੂੰ ਦਿਖਾਓ ਜੇ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੈ, ਐਂਡ ਟੂ ਟੇਕ ਕੇਅਰ ਆਫ ਯੂਰਸੈਲਫ। धारणा है कि प्रेगनेंसी में फर्स्ट 3 मंथ डॉक्टर के पास नहीं जाना चाहिए, जबकि स्पेशली फर्स्ट 3 मंथ बहुत क्रूशियल टाइम होता है प्रेगनेंसी का। 90% एबॉर्शन जो है वो फर्स्ट 3 मंथ ही होते हैं, तो अगर इस दौरान हम कुछ इम्पॉर्टेंट टेस्ट करते हैं और कुछ मेडिसिन इम्पॉर्टेंट होती है दी जाती है पेशेंट को, अगर वो मिस हो जाते हैं तो कई प्रॉब्लम ऐसी है जिसकी वजह से एबॉर्शन या फिर लेट प्रेगनेंसी में 6-7 मंथ में भी प्रॉब्लम ਬੱਚੇ ਨੂੰ ਆਕਸੀਜਨ ਦੇ ਗਈ, ਬੱਚੇ ਨੂੰ ਸਾਹ ਲੈਣ ਚ ਦਿੱਕਤ ਰਹੀ, ਬੱਚਾ ਨੀਲਾ ਪੈ ਗਿਆ, ਤੇ ਉਹਨੇ ਜਾ ਕੇ ਇਨਡਾਇਰੈਕਟਲੀ ਬੱਚੇ ਨੂੰ ਬ੍ਰੇਨ ਚ ਇਫੈਕਟ ਕਰ ਦਿੱਤਾ। ਜੇ ਬ੍ਰੇਨ ਚ ਕੋਈ ਇਫੈਕਟ ਪੈ ਗਿਆ ਉਹਦਾ ਹੌਲੀ ਹੌਲੀ ਪਤਾ ਚੱਲਦਾ ਤੇ ਉਹ ਕਿਊਰੇਬਲ ਨਹੀਂ ਹੁੰਦਾ। ਬਸ ਜੇ ਬੱਚੇ ਇਹੋ ਜਿਹੇ ਬੱਚੇ ਨੂੰ ਪ੍ਰੋਬਲਮ ਆ ਹੀ ਗਈ ਹੈ ਤੇ ਉਹਦੇ ਵਾਸਤੇ ਵੀ ਨੀਡ ਅ ਮਲਟੀ ਡਿਸਿਪਲਿਨਰੀ ਕੇਅਰ, ਉਹ ਚ ਸਾਨੂੰ ਫਿਜ਼ੀਓਥੈਰੇਪੀ ਦੀ ਲੋੜ ਰਹਿੰਦੀ ਹੈ, ਸਾਨੂੰ ਪੀਡੀਆਟ੍ਰੀਸ਼ੀਅਨ ਦੀ ਲੋੜ ਰਹਿੰਦੀ ਹੈ, ਸਾਨੂੰ ਸਾਈਕੋਲੋਜੀਕਲ ਕਾਉਂਸਲਰ ਚਾਹੀਦੇ ਨੇ, ਸਾਨੂੰ ਆਰਥੋਪੀਡਿਸ਼ੀਅਨ ਚਾਹੀਦੇ ਨੇ ਕਿ ਆਪਾਂ ਬੱਚੇ ਨੂੰ ਉਹ ਬੱਚਾ ਸਿੱਖ ਤੇ ਜਾਏਗਾ ਪਰ ਮਿਹਨਤ ਕਰਨੀ ਪੈਣੀ ਰੈਗੂਲਰ ਫਿਜ਼ੀਓਥੈਰੇਪੀ ਸੈਸ਼ਨ ਦੇਣੇ ਪੈਣੇ ਅੰਡਰ ਦ ਕੇਅਰ ਆਫ ਅ ਪੀਡੀਆਟ੍ਰੀਸ਼ੀਅਨ, ਅੰਡਰ ਦ ਕੇਅਰ ਆਫ ਆਰਥੋਪੀਡਿਕ ਸਰਜਨ।
ਜਿਹੜੇ ਬੱਚੇ ਦੇ ਟਾਈਟ ਹੋ ਜਾਂਦੇ ਨੇ ਆਪ ਬੱਚੇ ਦੇ ਹੱਥ ਪੈਰ ਹਿੱਲਦੇ ਹੀ ਨਹੀਂ। ਹੁਣ ਜੇ ਆਪਾਂ ਚੀਜ਼ ਨੂੰ ਏਦਾਂ ਹੀ ਰੱਖਾਂਗੇ ਉਹਨੇ ਏਦਾਂ ਹੀ ਰਹਿ ਜਾਊਗਾ। ਹੁਣ ਦਰਦ ਦੇ ਪੂਰੇ ਬੱਚੇ ਨੂੰ ਆਪਾਂ ਸਮਝਦੇ ਹਾਂ ਪਰ ਜੇ ਆਪਾਂ ਹਿਲਾਵਾਂਗੇ ਹੀ ਨਹੀਂ ਤੇ ਬੱਚਾ ਏਦਾਂ ਰਹੇਗਾ ਉਹ ਜ਼ਿਆਦਾ ਖਤਰਨਾਕ ਬੱਚੇ ਨੂੰ। ਤੇ ਇਹੋ ਜਿਹੇ ਬੱਚੇ ਨੂੰ ਆਪਾਂ ਘਰ ਨਾ ਰੱਖੀਏ। ਜੇ ਬੱਚੇ ਨੂੰ ਏਦਾਂ ਦੀ ਪ੍ਰੋਬਲਮ ਹੁੰਦੀ ਹੈ ਫਿਰ ਗੋ ਟੂ ਦਾ ਹੋਸਪਿਟਲ, ਆਪਾਂ ਉਹਦਾ ਪ੍ਰੋਪਰ ਟ੍ਰੀਟਮੈਂਟ ਪਲਾਨ ਬਣਾਈਏ ਕਿਉਂਕਿ ਉੱਥੇ ਸਾਨੂੰ ਵੀ ਮਿਹਨਤ ਪੇਰੈਂਟਸ ਨੂੰ ਐਕਸਟਰਾ ਮਿਹਨਤ ਕਰਨੀ ਪੈਂਦੀ। ਬਟ ਇਟਸ ਨੋਟ ਪੋਸੀਬਲ ਕਿ ਤੁਸੀਂ ਬੱਚੇ ਨੂੰ ਕੁਛ ਨਾ ਕਰਾਓ ਤੇ ਬੱਚਾ ਠੀਕ। ਪਰਮਾਤਮਾ ਵੀ ਥੋੜੇ ਜਿਹੇ ਬੱਚੇ ਜਿਹੜੇ ਆ 2-4% ਕੋਈ ਵਿੰਗੇ ਟੇਡੇ ਬਣਾ ਉਹਦੇ ਵਿੱਚ ਮੇਜਰ ਆਉਂਦੀਆਂ ਨੇ ਜਿਹੜੀਆਂ ਬੱਚਿਆਂ ਨੂੰ ਐਮਰਜੈਂਸੀ ਜਨਰਲ ਸਰਜਰੀ ਦੀਆਂ ਪ੍ਰੋਬਲਮ ਹੁੰਦੀਆਂ ਨੇ ਉਹਦੇ ਲਈ ਡਾਕਟਰ ਮਿਗਲਾਨੀ ਇਹ ਵੀ ਆਈ ਥਿੰਕ ਕਿਸੇ ਤਾਰੁਫ ਦੇ ਮੁਹਤਾਜ ਨਹੀਂ ਹੈਗੇ, ਸਾਰਾ ਅੰਮ੍ਰਿਤਸਰ ਇਹਨਾਂ ਨੂੰ ਜਾਣ। ਸੋ ਉਹ ਇਹ ਸੇਵਾਵਾਂ ਇੱਥੇ ਦੇ ਇਸੇ ਤਰ੍ਹਾਂ ਬੱਚਿਆਂ ਦੀਆਂ ਹੱਡੀਆਂ ਦੇ ਸਪੈਸ਼ਲਿਸਟ ਜਿਹੜੇ ਕੋਈ ਪੈਰ ਵਿੰਗੇ ਹੋ ਜਾਂਦੇ ਅਸੀਂ ਆਮ ਦੇਖੇ ਆ ਹੱਥਾਂ ਦੀਆਂ ਉਂਗਲੀਆਂ ਵੱਧ ਹੋ ਜਾਂਦੀਆਂ ਨੇ ਉਹਨਾਂ ਸਰਵਿਸਿਜ਼ ਲਈ ਸਾਡੇ ਕੋਲ ਆਲਰੇਡੀ ਆਰਥੋਪੈਡਿਕਸ ਦਾ ਡਿਪਾਰਟਮੈਂਟ ਫੁੱਲੀ ਡਿਵੈਲਪ ਹੈ। ਉਹਦੇ ਵਿੱਚ ਬੱਚਿਆਂ ਦੀਆਂ ਹੱਡੀਆਂ ਦੀਆਂ ਸੇਵਾਵਾਂ ਦੇਣ ਲਈ ਡਾਕਟਰ ਸੁਧਾਂਸ਼ੂ ਬਾਂਸਲ ਨੇ ਸ਼ਾਇਦ ਉਹ ਵੀ ਸਾਨੂੰ ਜੁਆਇਨ ਕਰਦੇ ਹੋਣਗੇ